ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ ਤੇ ਇਸ ਵਕਤ ਘੜੀ ਤੇ 9:16 ਹੋ ਚੁੱਕੇ ਨੇ ਤੇ ਮੈਂ ਤੁਹਾਡੇ ਨਾਲ ਵਧੇਰੀਆਂ ਜਾਣਕਾਰੀਆਂ ਲੈ ਕੇ ਤੇ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਹਾਜ਼ਰ ਹੋਣ ਦੇ ਪਿੱਛੇ ਖਾਸ ਮਕਸਦ ਹੁੰਦਾ ਹੈ ਖਾਸ ਮਕਸਦ ਇਹ ਹੈ ਕਿ 8 ਵਜੇ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਸ਼ੁੱਕਰਵਾਰ ਦੇ ਦਿਨ ਉਹ 8 ਵਜੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਉਹ ਸਵਾਲ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਪਲਦੇ ਰਹਿੰਦੇ ਨੇ ਕਿਉਂਕਿ ਦੌਰ ਹੈਗਾ ਸੋਸ਼ਲ ਮੀਡੀਆ ਦਾ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਹੁੰਦੀਆਂ ਨੇ ਜੋ ਹਰ ਵਕਤ ਫੈਲਦੀਆਂ ਰਹਿੰਦੀਆਂ ਨੇ ਉਹਨਾਂ ਸਵਾਲਾਂ ਦੇ ਜਵਾਬ ਕੈਪਟਨ ਸਾਹਿਬ ਨੇ ਦਿੱਤੇ ਅਤੇ ਮੋਟੀ ਮੋਟੀ ਜਿਹੜੀ ਗੱਲ ਉਹਨਾਂ ਨੇ ਆਪਣੇ ਲਾਈਵ ਦੌਰਾਨ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹ ਇਹ ਸੀਗੀ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਖਬਰਾਂ ਜਾਂ ਖਬਰਾਂ ਦੇ ਨਾਲ ਨਾਲ ਜਿਹੜੀਆਂ ਫੇਕ ਖਬਰਾਂ ਤੈਰਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ 'ਤੇ ਉਹਨੂੰ ਨੱਥ ਪਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਖਾਸ ਤੌਰ 'ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਅਤੇ ਪੁਲਿਸ ਜਿਹੜੀ ਹੈਗੀ ਹੈ ਉਹ ਹਰਕਤ ਦੇ ਵਿੱਚ ਆ ਚੁੱਕੀ ਹੈ ਜਿਹੜੇ ਵੀ ਲੋਕ ਜਾਂ ਜਿਹੜੇ ਵੀ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਫੈਲਾਉਣਗੇ ਜਾਂ ਫੇਕ ਨਿਊਜ਼ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣਗੇ ਜਾਂ ਲੋਕਾਂ ਨੂੰ ਬੇਵਕੂਫ਼ ਬਣਾਉਣਗੇ ਉਹਨਾਂ ਲੋਕਾਂ ਨੂੰ ਫੜਨ ਦੇ ਲਈ ਪੁਲਿਸ ਨੂੰ ਖਾਸ ਤੌਰ 'ਤੇ ਮੁਸਤੈਦ ਕਰ ਦਿੱਤਾ ਗਿਆ ਪੁਲਿਸ ਨੂੰ ਖਾਸ ਤੌਰ 'ਤੇ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਕਾਰਵਾਈ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਪੁਲਿਸ ਆਪਣੀ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਕੈਪਟਨ ਸਾਹਿਬ ਨੇ ਚਿੰਤਾ ਜਤਾਈ ਚਿੰਤਾ ਕਿਉਂ ਜਤਾਈ ਹਰ ਪਾਸੇ ਕੋਵਿਡ-19 ਜਿਹੜਾ ਹੈਗਾ ਉਹ ਫੈਲਦਾ ਚਲਾ ਜਾ ਰਿਹਾ ਅਤੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਨੂੰ ਸਮਝਾਉਣ ਦੀਆਂ ਪੂਰੇ ਤੌਰ 'ਤੇ ਕੋਸ਼ਿਸ਼ ਕਰਦੀਆਂ ਪਈਆਂ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੋ ਅਤੇ ਖਾਸ ਤੌਰ 'ਤੇ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਜਿਵੇਂ ਕਿ ਮਾਸਕ ਲਗਾ ਕੇ ਰੱਖੋ 6 ਫੁੱਟ ਦੀ ਦੂਰੀ ਬਣਾ ਕੇ ਰੱਖੋ ਕਿਉਂਕਿ ਦੂਰੀ ਜਿੰਨੀ ਦੇਰ ਤੱਕ ਹੋਏਗੀ ਸੋਸ਼ਲ ਡਿਸਟੈਂਸ ਜਿੰਨਾ ਮੇਨਟੇਨ ਹੋਏਗਾ ਉਹਦੇ ਨਾਲ ਹੋਏਗਾ ਇਹ ਕਿ ਜਿਹੜਾ ਕਰੋਨਾ ਹੈਗਾ ਜੋ ਹਵਾ ਦੇ ਥਰੂ ਤੁਹਾਡੇ ਤੱਕ ਪਹੁੰਚਦਾ ਉਹਦੇ ਜਿਹੜੇ ਕੀਟਾਣੂ ਹੁੰਦੇ ਨੇ ਉਹ ਤੁਹਾਡੇ ਤੱਕ ਪਹੁੰਚਦੇ ਨੇ ਉਹਦੇ ਤੋਂ ਤੁਸੀਂ ਬਚ ਸਕੋਗੇ ਅਤੇ ਬਿਮਾਰੀ ਤੋਂ ਬਚ ਸਕੋਗੇ ਜਿੰਨਾ ਜ਼ਿਆਦਾ ਬਿਮਾਰੀ ਤੋਂ ਬਚੋਗੇ ਉਨਾ ਜ਼ਿਆਦਾ ਜਿਹੜੇ ਆਂਕੜੇ ਹੋਣਗੇ ਕੋਵਿਡ-19 ਦੇ ਉਹ ਡਿੱਗਣੇ ਸ਼ੁਰੂ ਹੋ ਜਾਣਗੇ ਕੈਪਟਨ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਖਾਸ ਤੌਰ 'ਤੇ 3 ਜਿਹੜੇ ਲੈਵਲ ਸੀਗੇ ਜਿਹਦੇ 'ਚ ਪ੍ਰਾਇਮਰੀ ਲੈਵਲ ਸੈਕੰਡਰੀ ਲੈਵਲ ਅਤੇ ਟੈਸਟਰੀ ਲੈਵਲ ਜਿਹੜਾ ਸੀਗਾ ਉਹਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਪ੍ਰਾਇਮਰੀ ਲੈਵਲ ਨੂੰ ਉਹਨਾਂ ਨੇ ਬਲੂ ਟਿਕ ਦੇ ਨਾਲ ਸ਼ੋਅ ਕੀਤਾ ਸੈਕੰਡਰੀ ਨੂੰ ਪੀਲੇ ਰੰਗ ਦੇ ਕਲਰ ਦੇ ਨਾਲ ਸ਼ੋਅ ਕੀਤਾ ਪ੍ਰਾਇਮਰੀ ਲੈਵਲ ਦੇ ਉਹ ਲੋਕ ਹੁੰਦੇ ਨੇ ਜੋ ਆਪਣੇ ਘਰਾਂ ਦੇ ਵਿੱਚ ਹੋਮ ਕੁਆਰੰਟੀਨ ਹੁੰਦੇ ਨੇ ਅਤੇ ਉਹਨਾਂ ਨੂੰ ਡਾਕਟਰ ਆ ਕੇ ਹਦਾਇਤਾਂ ਦਿੰਦੇ ਨੇ ਜਾਂ ਡਾਕਟਰ ਆ ਕੇ ਉਹਨਾਂ ਦਾ ਰੈਗੂਲਰ ਚੈੱਕਅਪ ਕਰਦੇ ਸੈਕੰਡਰੀ ਲੋਕ ਉਹ ਹੁੰਦੇ ਨੇ ਜਾਂ ਸੈਕੰਡਰੀ ਲੈਵਲ ਉਹ ਹੁੰਦਾ ਜਿਹਦੇ 'ਚ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰ ਲਿੱਤਾ ਜਾਂਦਾ ਜਿਨ੍ਹਾਂ ਦੇ ਹਾਲਾਤ ਜਿਹੜੇ ਹੁੰਦੇ ਨੇ ਨਾਜ਼ੁਕ ਹੋਣ ਦੀ ਉਹਨਾਂ ਦੇ ਕੋਲੋਂ ਆਸ਼ੰਕਾ ਜਤਾਈ ਜਾਂਦੀ ਹੈ ਜਾਂ ਫਿਕਰ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਜਿਹੜੀ ਬਿਮਾਰੀ ਹੈ ਉਹ ਵੱਧਦੀ ਪਈ ਹੈ ਤੀਜਾ ਜਿਹੜਾ ਲੈਵਲ ਕੈਪਟਨ ਸਾਹਿਬ ਨੇ ਕਾਗਜ਼ਾਂ ਦੇ ਥਰੂ ਲੋਕਾਂ ਤੱਕ ਪਹੁੰਚਾਇਆ ਉਹ ਸੀਗਾ ਟੈਸਟਰੀ ਲੈਵਲ ਜਿਹਦੇ ਵਿੱਚ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਲੋਕ ਜਿਹੜੇ ਹੁੰਦੇ ਨੇ ਕੋਵਿਡ-19 ਦੇ ਵਿੱਚ ਉਸਦੇ ਜਾਲ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ ਖਾਸ ਤੌਰ 'ਤੇ ਹੁਣ ਪਿੱਛੇ ਜੇ ਇੱਕ ਰਿਸਰਚ ਵੀ ਇਹ ਆਈ ਹੈ ਕਿ ਜਿਹਦੇ ਵਿੱਚ ਕੋਵਿਡ-19 ਦੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ ਜਿਹੜੇ ਜਿਵੇਂ ਟਾਇਰ ਦੀ ਟਿਊਬ ਪੰਚਰ ਹੋ ਜਾਂਦੀ ਹੈ ਉਸੇ ਤਰ੍ਹਾਂ ਉਹਨਾਂ ਦੇ ਜਿਹੜੇ ਫੇਫੜੇ ਸੀਗੇ ਉਹ ਪੰਚਰ ਹੋ ਗਏ ਇਹ ਕੋਵਿਡ-19 ਦੀ ਬਿਮਾਰੀ ਦੀਆਂ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਨੇ ਕੋਵਿਡ-19 ਦਾ ਜਿਹੜਾ ਕਹਿਰ ਹੈਗਾ ਜਿਸ ਨੂੰ ਅਸੀਂ ਅਕਸਰ ਹਲਕੇ ਦੇ ਵਿੱਚ ਲੈਂਦੇ ਹਾਂ ਕੈਪਟਨ ਸਾਹਿਬ ਦੀ ਇੱਕੋ ਇੱਕ ਚਿੰਤਾ ਸੀਗੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਇਹ ਸਮਝਾਉਣ ਕਿ ਤੁਸੀਂ ਘਰਾਂ ਦੇ ਵਿੱਚ ਟਿਕ ਕੇ ਬੈਠੋ ਅਤੇ ਜਿਹੜੀਆਂ ਖਾਸ ਤੌਰ 'ਤੇ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਤੁਸੀਂ ਪਾਲਣ ਕਰੋ ਅਤੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਖਾਸ ਤੌਰ 'ਤੇ ਉਹਨਾਂ ਨੇ 3 ਜ਼ਿਲ੍ਹਿਆਂ ਦੇ ਨਾਮ ਵੀ ਲਿੱਤੇ ਜਿੱਥੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਕਿ ਉੱਥੋਂ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਕੋਈ ਬਿਮਾਰੀ ਦੀ ਸ਼ਿਕਾਇਤ ਹੁੰਦੀ ਹੈ ਜਿਵੇਂ ਕਿ ਅੱਜ ਕੱਲ੍ਹ ਕੋਵਿਡ-19 ਦੇ ਨਾਲ ਨਾਲ ਜਿਹੜਾ ਵਾਇਰਲ ਫੀਵਰ ਦਾ ਦੌਰ ਹੈਗਾ ਉਹ ਵੀ ਫੈਲਦਾ ਜਾ ਰਿਹਾ ਅਕਸਰ ਅਸੀਂ ਜਦੋਂ ਵਾਇਰਲ ਫੀਵਰ ਕਿਸੇ ਨੂੰ ਹੋ ਜਾਂਦਾ ਹੈ ਤਾਂ ਉਹ ਸੋਚਦਾ ਹੈਗਾ ਕਿ ਇਹ ਹਲਕਾ ਜਿਹਾ ਬੁਖਾਰ ਹੈਗਾ ਜਾਂ ਹਲਕੀ ਜਿਹੀ ਖਾਂਸੀ ਹੈਗੀ ਹੈ ਜਾਂ ਜ਼ੁਕਾਮ ਹੈਗਾ ਅਤੇ ਇਸ ਨੂੰ ਠੀਕ ਕੀਤਾ ਜਾ ਸਕਦਾ ਕੋਈ ਕਿਸੇ ਤਰ੍ਹਾਂ ਦੀ ਗੋਲੀ ਖਾ ਲੈਂਦਾ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਦਾ ਕਿ ਉਹਦਾ ਜਿਹੜਾ ਬੁਖਾਰ ਹੈਗਾ ਉਤਰ ਜਾਵੇ ਲੇਕਿਨ ਖਾਸ ਤੌਰ 'ਤੇ ਜਿਹੜੇ ਜ਼ਿਲ੍ਹਿਆਂ ਦੇ ਨਾਮ ਉਹਨਾਂ ਨੇ ਗਿਣਾਏ ਬਠਿੰਡਾ ਹੁਸ਼ਿਆਰਪੁਰ ਕਪੂਰਥਲਾ ਉੱਥੇ 'ਚ ਉੱਥੇ ਉਸ ਜਗ੍ਹਾ 'ਤੇ ਕੈਪਟਨ ਸਾਹਿਬ ਨੇ ਕਿਹਾ ਕਿ ਫਸਟ ਲੈਵਲ ਜਿਹਦਾ ਪ੍ਰਾਇਮਰੀ ਲੈਵਲ ਸੀਗਾ ਉਹਦੇ ਵਿੱਚ ਲੋਕ ਜਿਹੜੇ ਹੈਗੇ ਨੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਭਾਵੇਂ ਵਾਇਰਲ ਵੀ ਉਹਨਾਂ ਦੇ ਵਿੱਚ ਜੇ ਹੈਗਾ ਕਿਸੇ ਤਰ੍ਹਾਂ ਦੀ ਬਿਮਾਰੀ ਵਾਇਰਲ ਵਰਗੀ ਵੀ ਉਹਨਾਂ ਨੂੰ ਸ਼ਿਕਾਇਤ ਹੈਗੀ ਹੈ ਅਤੇ ਉਹ ਜਾਂਦੇ ਨੇ ਆਪਣਾ ਟੈਸਟ ਕਰਵਾਉਂਦੇ ਨੇ ਇਸ ਕਰਕੇ
ਪੂਰੇ ਇਸ ਆਸਕ ਕੈਪਟਨ ਦੇ ਦੌਰਾਨ ਜੋ ਕਿ ਕੁਐਸਚਨਸ ਜਾਂ ਸਵਾਲਾਂ ਦਾ ਜਿਹੜਾ ਦੌਰ ਸੀਗਾ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਲੋਕਾਂ ਨੂੰ ਜੋ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਇਹੀ ਸੀਗੀ ਕਿ ਜਿੰਨਾ ਜ਼ਿਆਦਾ ਟੈਸਟ ਹੋਏਗਾ ਉਹਦੇ ਨਾਲ ਰਿਪੋਰਟਾਂ ਆਉਣਗੀਆਂ, ਜਿੰਨਾ ਜ਼ਿਆਦਾ ਟੈਸਟ ਹੋਏਗਾ ਉਹਦੇ ਨਾਲ ਪਤਾ ਚੱਲੇਗਾ ਕਿ ਲੋਕ ਜਿਹੜੇ ਹੈਗੇ ਨੇ ਉਹ ਕੋਵਿਡ-19 ਦੀ ਚਪੇਟ ਦੇ ਵਿੱਚ ਜਾਂ ਲਪੇਟ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਪਏ ਨੇ। ਉਸ ਤੋਂ ਬਾਅਦ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਜਿਹੜਾ ਸਿਆਸੀ ਗਲਿਆਰਾ ਹੈਗਾ ਜਾਂ ਸਿਆਸੀ ਸੁਰਖੀਆਂ ਜੋ ਲੋਕ ਬਟੋਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਜਾਂ ਇਸ ਕੋਵਿਡ-19 ਨੂੰ ਇੱਕ ਤਰ੍ਹਾਂ ਦੀ ਸ਼ੀਲਡ ਬਣਾ ਕੇ ਸਿਆਸਤ ਖੇਡਣ ਦੀ ਜੋ ਕੋਸ਼ਿਸ਼ ਕੀਤੀ ਜਾਂਦੀ ਹੈ, ਭਾਵੇਂ ਉਹ ਆਕਸੀਮੀਟਰ ਨੂੰ ਲੈ ਕੇ ਕੋਸ਼ਿਸ਼ ਹੋਵੇ ਜਾਂ ਹੋਰ ਤਰੀਕਿਆਂ ਦੇ ਨਾਲ ਸਰਕਾਰਾਂ ਨੂੰ ਇੱਕ ਦੂਜੇ ਨੂੰ ਥੱਲੇ ਡਿਗਾਉਣਾ ਹੋਵੇ ਜਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਹੋਵੇ, ਉਹਦੇ ਵਿੱਚ ਜੋ ਸਰਕਾਰਾਂ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਪਈਆਂ ਨੇ ਉਹ ਗੈਰ ਜ਼ਿੰਮੇਦਾਰਾਨਾ ਰਵੱਈਆ ਹੈਗਾ ਜੋ ਕਿ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ। ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਜੇ ਕਿਸੇ ਵੀ ਰਾਜ ਨੂੰ ਜਾਂ ਕਿਸੇ ਵੀ ਸਟੇਟ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਖਾਸ ਤੌਰ 'ਤੇ ਉਸ ਸਟੇਟ ਦੀ ਮਦਦ ਵੀ ਕਰਨ ਜਾਣਗੇ, ਕਿਉਂਕਿ ਉਹ ਆਪਣੇ ਲਾਈਵ ਦੇ ਦੌਰਾਨ ਇਸ ਚੀਜ਼ ਦਾ ਵਾਰ-ਵਾਰ ਜ਼ਿਕਰ ਕਰਦੇ ਪਏ ਸੀਗੇ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਅਤੇ ਪੰਜਾਬੀ ਜਿਹੜੇ ਹੁੰਦੇ ਨੇ ਕਿਸੇ ਦੀ ਮਦਦ ਕਰਨ ਤੋਂ ਪਰਹੇਜ਼ ਨਹੀਂ ਕਰਦੇ ਜਾਂ ਗੁਰੇਜ਼ ਨਹੀਂ ਕਰਦੇ ਕਿਸੇ ਵੀ ਗੱਲ ਦਾ। ਖਾਸ ਤੌਰ 'ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਆਪਣੇ ਲਾਈਵ ਦੇ ਦੌਰਾਨ ਕਹੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਦੇਸ਼ ਦਰੋਹੀ ਗਤੀਵਿਧੀ ਹੋਏਗੀ ਜਾਂ ਕੋਈ ਪੰਜਾਬ ਵਿਰੋਧੀ ਜਾਂ ਪੰਜਾਬ ਦਰੋਹੀ ਕੋਈ ਕੰਮ ਹੋਏਗਾ ਤਾਂ ਜਿਹੜੀ ਪੁਲਿਸ ਹੈਗੀ ਹੈ ਉਹ ਚੌਕਸ ਹੈ, ਪੁਲਿਸ ਦੀ ਜਿਹੜੀ ਨਿਗਰਾਨੀ ਹੈਗੀ ਹੈ ਉਹ ਲਗਾਤਾਰ ਬਣੀ ਹੋਈ ਹੈ, ਪੁਲਿਸ ਜਿਹੜੀ ਹੈਗੀ ਹੈ ਕੰਟੀਨਿਊ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਨਜ਼ਰ ਬਣਾ ਕੇ ਬੈਠੀ ਹੋਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਕੋਈ ਰਿਊਮਰ ਫੈਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਬੰਦੇ ਨੂੰ ਬਖਸ਼ਿਆ ਨਹੀਂ ਜਾਏਗਾ। ਬੜੇ ਹੀ ਕੜੇ ਸ਼ਬਦਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਚੀਜ਼ ਆਪਣੇ ਲਾਈਵ ਦੇ ਦੌਰਾਨ ਲੋਕਾਂ ਤੱਕ ਇੱਕ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰੇ, ਜਿਵੇਂ ਕਿ ਪਿੱਛੇ ਬਹੁਤ ਸਾਰੀਆਂ ਅਫਵਾਹਾਂ ਤੁਰਦੀਆਂ ਪਈਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਕੋਈ ਟ੍ਰੀਟਮੈਂਟ ਕਰਾਉਣ ਜਾਂਦਾ ਹੈਗਾ ਅਤੇ ਉਹਦੇ ਜਿਸਮ ਦੇ ਵਿੱਚੋਂ ਅੰਗ ਕੱਢ ਲਿੱਤੇ ਜਾਂਦੇ ਨੇ, ਇਹੋ ਜਿਹੀਆਂ ਹੋਰ ਵੀ ਰੂਮਰਸ ਜਾਂ ਕੋਈ ਟੈਸਟ ਕਰਨ ਦੇ ਲਈ ਕੋਈ ਟੀਮ ਜਾ ਰਹੀ ਹੈ ਤਾਂ ਉਸ ਨੂੰ ਲੋਕ ਉਹਨਾਂ ਦੇ ਨਾਲ ਹੱਥੋਂ ਪਾਈ ਹੋ ਰਹੇ ਨੇ, ਕੁੱਟ-ਕੁੱਟ ਕੇ ਆਪਣੇ ਮਹੱਲਿਆਂ 'ਚ ਉਸ ਟੀਮ ਨੂੰ ਭਜਾਉਂਦੇ ਪਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ 'ਤੇ ਇਹ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਊਮਰ ਹੋਏਗਾ, ਕੋਈ ਅਫਵਾਹ ਹੋਏਗੀ ਤਾਂ ਉਹਨਾਂ ਲੋਕਾਂ ਦੇ ਉੱਤੇ ਜੋ ਇਸ ਅਫਵਾਹ ਨੂੰ ਫੈਲਾਉਣ ਦੇ ਪਿੱਛੇ ਹੋਏਗਾ ਉਸ ਬੰਦੇ ਦੇ ਉੱਤੇ ਖਾਸ ਤੌਰ 'ਤੇ ਕਾਰਵਾਈ ਕੀਤੀ ਜਾਏਗੀ। ਉਸ ਤੋਂ ਬਾਅਦ ਮਾਸਕ ਨੂੰ ਲੈ ਕੇ ਚਿੰਤਾ ਜਤਾਈ ਕਿ ਬਹੁਤ ਸਾਰੇ ਲੋਕ ਹੈਗੇ ਨੇ ਜੋ ਮਾਸਕ ਨੂੰ ਹਾਲੇ ਵੀ ਜ਼ਿੰਮੇਦਾਰ ਤਰੀਕੇ ਦੇ ਨਾਲ ਨਹੀਂ ਪਾਉਂਦੇ ਪਏ, ਉਹਨਾਂ ਨੂੰ ਲੱਗਦਾ ਪਿਆ ਕਿ ਮਾਸਕ ਜਿਹੜਾ ਹੈਗਾ ਮਾਸਕ ਪਾਉਣ ਦੇ ਨਾਲ ਕੋਈ ਖਾਸਾ ਫਰਕ ਨਹੀਂ ਪਏਗਾ। ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਪਾਰਟੀ ਦੇ MLAs ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦੇ ਉੱਤੇ ਕਿਹਾ ਕਿ ਜਿਹੜੇ MLAs ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆ ਗਏ ਨੇ ਜੋ ਇਸ ਤਰ੍ਹਾਂ ਦੇ ਮੈਸੇਜ ਲੋਕਾਂ ਤੱਕ ਪਹੁੰਚਾ ਰਹੇ ਹੈਗੇ ਨੇ ਕਿ ਮਾਸਕ ਪਾਉਣ ਦੇ ਨਾਲ ਕੁਛ ਨਹੀਂ ਹੋਏਗਾ, ਉਹਨਾਂ ਜਿਹੜੇ MLAs ਹੈਗੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੈਸੇਜਿਸ ਜਿਹੜੇ ਹੈਗੇ ਨੇ ਲੋਕਾਂ ਤੱਕ ਨਾ ਪਹੁੰਚਾਓ, ਇੱਦਾਂ ਦੇ ਸੰਦੇਸ਼ ਨਾ ਪਹੁੰਚਾਓ। ਮਾਸਕ ਪਾਉਣ ਦੇ ਨਾਲ ਲੋਕਾਂ ਦਾ ਭਲਾ ਹੀ ਹੁੰਦਾ, ਲੋਕਾਂ ਦਾ ਫਾਇਦਾ ਹੀ ਹੁੰਦਾ। ਮਾਸਕ ਜੇ ਲਾ ਕੇ ਤੁਸੀਂ ਤੁਰੋਗੇ ਤਾਂ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਬਿਮਾਰ ਕਰੋਗੇ ਜਾਂ ਫਿਰ ਕਿਸੇ ਦੀ ਬਿਮਾਰੀ ਜਿਹੜੀ ਹੋਏਗੀ ਉਹ ਤੁਸੀਂ ਆਪਣੇ ਵੱਲ ਲੈ ਕੇ ਆ ਜਾਓਗੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਇਲਾਕੇ ਇਹੋ ਜਿਹੇ ਹੈਗੇ ਨੇ ਜਿੱਥੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ, ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜਾ ਕੇ ਮੁਆਇਨਾ ਕਰਦੇ ਪਏ ਨੇ, ਬਹੁਤ ਸਾਰੇ ਹਸਪਤਾਲਾਂ ਦੇ ਵਿੱਚੋਂ ਜਾ ਰਹੇ ਹੈਗੇ ਨੇ। ਕਈ ਇਲਾਕੇ ਇਹੋ ਜਿਹੇ ਹੈਗੇ ਨੇ ਜਿੱਥੇ ਖੇਤਾਂ ਦੇ ਵਿੱਚ ਪਾਣੀ ਆ ਕੇ ਖੜਾ ਹੋ ਚੁੱਕਿਆ ਹੋਇਆ, ਉਹਨਾਂ ਇਲਾਕਿਆਂ ਦੇ ਵਿੱਚ ਵੀ ਸੁਨੀਲ ਜਾਖੜ ਜੀ ਜਾ ਕੇ ਮੁਆਇਨਾ ਕਰਦੇ ਪਏ ਨੇ। ਕਿਸਾਨਾਂ ਦੀਆਂ ਜਿਹੜੀਆਂ ਤਕਲੀਫਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ, ਹਰ ਕਿਸਾਨ ਦੀ ਜਿਹੜੀ ਤਕਲੀਫ ਹੈਗੀ ਹੈ ਉਹ ਸੁਣੀ ਜਾ ਰਹੀ ਹੈ। ਇਸ ਤੋਂ ਬਾਅਦ ਸਭ ਤੋਂ ਵੱਡਾ ਜੋ ਹੁਣ ਪਿਛਲੇ ਕੁਝ ਦਿਨਾਂ ਤੋਂ ਇੱਕ ਸਿਆਸੀ ਮੁੱਦਾ ਵੀ ਬਣ ਗਿਆ ਹੋਇਆ ਸੀਗਾ ਜਿਸਨੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਉਹ ਸੀਗਾ ਪੰਜਾਬ ਸਰਕਾਰ ਦਾ ਦੇ ਵਿੱਚ ਜੋ ਸਕਾਲਰਸ਼ਿਪ ਘੁਟਾਲਾ ਹੋਇਆ ਉਸ ਨੂੰ ਲੈ ਕਰਕੇ, ਜਿਹੜਾ ਵਜ਼ੀਫੇ ਦਾ ਘੁਟਾਲਾ ਹੋਇਆ ਸੀਗਾ ਉਸ ਨੂੰ ਲੈ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲਾਈਵ ਦੇ ਦੌਰਾਨ ਕਿਹਾ ਕਿ ਉਸ ਦੀ ਰਿਪੋਰਟ ਜਿਸ ਵਕਤ ਵੀ ਆਏਗੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ। ਜਾਂਚ ਕਮੇਟੀ ਜਿਹੜੀ ਹੈਗੀ ਹੈ ਉਹ ਵੀ ਬਣਾ ਦਿੱਤੀ ਗਈ ਹੈ ਅਤੇ ਮੁੱਖ ਸਕੱਤਰ ਦੇ ਅੰਡਰ ਜਾਂ ਮੁੱਖ ਸਕੱਤਰ ਦੇ ਥੱਲੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਕੋਈ ਵੀ ਗੁਨਾਹਗਾਰ ਇਸ ਦੇ ਵਿੱਚ ਪਾਇਆ ਜਾਏਗਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਦਿੱਤਾ ਇਸ ਕੋਵਿਡ-19 ਦੀ ਜਾਂ ਪੈਂਡਮਿਕ ਦੀ ਪੂਰੀ ਸਿਚੁਏਸ਼ਨ ਦੇ ਦੌਰਾਨ ਜਾਂ ਹਾਲਾਤਾਂ ਦੇ ਦੌਰਾਨ ਜਿਹੜੀ ਇੱਕ ਚੀਜ਼ ਲੋਕਾਂ ਦੇ ਜ਼ਹਿਨ ਦੇ ਵਿੱਚ ਉੱਠਦੀ ਪਈ ਸੀਗੀ ਉਹ ਇਹ ਸੀਗੀ ਕਿ ਜਿਹੜੇ ਬਿਜਲੀ ਦੇ ਬਿੱਲ ਹੈਗੇ ਨੇ
ਉਹ ਜ਼ਿਆਦਾ ਆਉਂਦੇ ਪਏ ਨੇ ਇਸ ਨੂੰ ਲੈ ਕੇ ਕਿ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ ਤੇ ਲੋਕਾਂ ਨੂੰ ਇਹ ਕਿਹਾ ਕਿ ਬਿਜਲੀ ਦੇ ਮੀਟਰਾਂ ਦੀ ਜਿਹੜੀ ਰੀਡਿੰਗ ਸੀਗੀ ਜਦੋਂ ਦਾ ਕਰਫਿਊ ਲੱਗਾ ਜਾਂ ਲੋਕਡਾਊਨ ਹੋਇਆ ਉਸ ਤੋਂ ਬਾਅਦ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀ ਲੇਕਿਨ ਹੁਣ ਦੁਬਾਰਾ ਤੋਂ ਬਿਜਲੀ ਦੇ ਜਿਹੜੇ ਮੀਟਰ ਹੋਣਗੇ ਉਹਨਾਂ ਦੀ ਰੀਡਿੰਗ ਜਿਹੜੀ ਹੋਏਗੀ ਦੁਬਾਰਾ ਤੋਂ ਕੀਤੀ ਜਾਏਗੀ ਅਤੇ ਜੋ ਵੀ ਜਿਸ ਤਰ੍ਹਾਂ ਦੇ ਵੀ ਲੋਕਾਂ ਦੇ ਸ਼ਿਕਾਇਤਾਂ ਸੀਗੀਆਂ ਕਿ ਬਿਜਲੀ ਦਾ ਮੀਟਰ ਬਿਜਲੀ ਦਾ ਜਿਹੜਾ ਮੀਟਰ ਹੈਗਾ ਜਾਂ ਬਿਜਲੀ ਦਾ ਜਿਹੜਾ ਬਿੱਲ ਹੈਗਾ ਉਹ ਜ਼ਿਆਦਾ ਆਉਂਦਾ ਪਿਆ ਹੁਣ ਮੀਟਰ ਦੀ ਦੁਬਾਰਾ ਜਦੋਂ ਰੀਡਿੰਗ ਹੋਏਗੀ ਉਸ ਤੋਂ ਬਾਅਦ ਉਹ ਜਿਹੜੀਆਂ ਸ਼ਿਕਾਇਤਾਂ ਹੋਣਗੀਆਂ ਉਹ ਲੋਕਾਂ ਦੀਆਂ ਦੂਰ ਹੋ ਜਾਣਗੀਆਂ ਇਹ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲਾਈਵ ਦੇ ਦੌਰਾਨ ਲੋਕਾਂ ਨੂੰ ਦੱਸਿਆ ਇਸ ਤੋਂ ਇਲਾਵਾ ਉਹਨਾਂ ਨੇ ਇਹ ਦੱਸਿਆ ਲੋਕਾਂ ਨੂੰ ਉਦਾਹਰਣ ਦੇਣ ਦੇ ਤਰੀਕੇ ਦੇ ਨਾਲ ਲੋਕਾਂ ਨੂੰ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਉਦਾਹਰਣ ਦਿੰਦਿਆਂ ਕਿ 122 ਸੋਸ਼ਲ ਮੀਡੀਆ 'ਤੇ ਜਿਹੜੇ ਅਕਾਊਂਟਸ ਬਣਾਏ ਗਏ ਸੀਗੇ ਉਹਨਾਂ ਨੂੰ ਬਲੌਕ ਕਰ ਦਿੱਤਾ ਹੁਣ 122 ਅਕਾਊਂਟਸ ਕਿਹੜੇ ਸੀਗੇ ਕੈਪਟਨ ਅਮਰਿੰਦਰ ਸਿੰਘ ਅੱਗੇ ਇਹ ਵੀ ਦੱਸਦੇ ਹੈਗੇ ਨੇ ਕਿ ਜਿਹੜੇ 122 ਸੋਸ਼ਲ ਮੀਡੀਆ 'ਤੇ ਅਕਾਊਂਟਸ ਬਣੇ ਹੋਏ ਸੀਗੇ ਇਹ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਂਦੇ ਪਏ ਸੀਗੇ ਰਿਊਮਰਸ ਫੈਲਾਉਂਦੇ ਪਏ ਸੀਗੇ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਪਿਆ ਸੀਗਾ ਜਦੋਂ ਤੁਸੀਂ ਕਿਸੇ ਤਰ੍ਹਾਂ ਦੀ ਅਫਵਾਹ ਸੋਸ਼ਲ ਮੀਡੀਆ 'ਤੇ ਫੈਲਾਉਂਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਫੈਲਾ ਦਿੱਤੀ ਲੇਕਿਨ ਉਸ ਦਾ ਜਿਹੜਾ ਨਤੀਜਾ ਹੁੰਦਾ ਬਾਕੀ ਲੋਕਾਂ ਨੂੰ ਭੁਗਤਣਾ ਪੈਂਦਾ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ 292 ਮਾਮਲੇ ਜਿਹੜੇ ਹੋਣਗੇ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਏਗੀ 122 ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਹੈਗੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਅਤੇ ਪੁਲਿਸ ਪੂਰੀ ਚੌਕਸ ਹੋ ਕੇ ਬੈਠੀ ਹੋਈ ਹੈ ਉਹਦੀ ਨਿਗਰਾਨੀ ਪੂਰੀ ਬਣੀ ਹੋਈ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਹੜਾ ਬੰਦਾ ਕਿਸ ਤਰ੍ਹਾਂ ਦੀ ਗੱਲਬਾਤ ਕਰਦਾ ਪਿਆ ਜਾਂ ਕਿਸ ਤਰ੍ਹਾਂ ਦੀ ਅਫਵਾਹ ਫੈਲਾਉਣ ਦੀ ਸਾਜ਼ਿਸ਼ ਘੜਦਾ ਪਿਆ ਇਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਇਹਨਾਂ ਲੋਕਾਂ ਦੇ ਉੱਤੇ ਜਾਂ 292 ਜਿਹੜੇ ਮਾਮਲੇ ਹੈਗੇ ਨੇ ਉਹ ਦਰਜ ਕਰ ਦਿੱਤੇ ਗਏ ਨੇ ਅਤੇ ਕਾਰਵਾਈ ਛੇਤੀ ਹੋਏਗੀ ਅਤੇ ਲੋਕ ਜਿਹੜੇ ਹੈਗੇ ਨੇ ਜੋ ਚਿੰਤਾ ਦੇ ਵਿੱਚ ਆ ਜਾਂਦੇ ਨੇ ਅਫਵਾਹਾਂ ਨੂੰ ਸੁਣ ਕੇ ਉਹਨਾਂ ਨੂੰ ਵੀ ਖਾਸ ਤੌਰ 'ਤੇ ਇਹੀ ਕਿਹਾ ਕਿ ਕਿਸੇ ਗੱਲ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ ਜੋ ਇਹ ਸ਼ਰਾਰਤੀ ਅਨਸਰ ਸਮਾਜ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਦੇ ਉੱਤੇ ਖਾਸ ਤੌਰ 'ਤੇ ਕਾਰਵਾਈ ਕੀਤੀ ਜਾਏਗੀ ਇਸ ਤੋਂ ਬਾਅਦ ਪਰਾਲੀ ਨੂੰ ਲੈ ਕੇ ਜੋ ਸਵਾਲ ਕੀਤਾ ਗਿਆ ਸੀਗਾ ਉਹਦੇ 'ਤੇ ਵੀ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਪਰਾਲੀ ਦਾ ਮਸਲਾ ਹੈਗਾ ਉਹਨੂੰ ਜਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਚੰਗੀ ਤਰ੍ਹਾਂ ਖੇਤੀ ਦੁਬਾਰਾ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਅਧਿਕਾਰੀਆਂ ਕੋਲ ਜਾ ਕੇ ਇਸ ਦੀ ਜਾਣਕਾਰੀ ਲੈ ਸਕਦੇ ਹੋ ਕਿ ਬਿਨਾਂ ਪਰਾਲੀ ਜਲਾਏ ਜਾਂ ਸਾੜੇ ਕਿਸ ਤਰ੍ਹਾਂ ਚੀਜ਼ਾਂ ਨੂੰ ਅੱਗੇ ਕੀਤਾ ਜਾ ਸਕਦਾ ਖੇਤੀ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਖਾਸ ਤੌਰ 'ਤੇ ਉਹਨਾਂ ਨੇ ਆਪਣੇ ਲਾਈਵ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਆਕਸੀਮੀਟਰ ਦੀਆਂ ਕਿੱਟਾਂ ਜਿਹੜੀਆਂ ਹੋਣਗੀਆਂ ਉਹ ਮੁਫਤ ਵੰਡੀਆਂ ਜਾਣਗੀਆਂ ਪਿਛਲੇ ਲਾਈਵ ਦੌਰਾਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਵਾਲ ਕੀਤਾ ਗਿਆ ਸੀਗਾ ਕਿ ਕਿਤੇ ਆਕਸੀਮੀਟਰ ਦਾ ਰੇਟ 500 ਦੱਸਿਆ ਜਾ ਰਿਹਾ ਕਿਤੇ ਆਕਸੀਮੀਟਰ ਦਾ ਰੇਟ ਜ਼ਿਆਦਾ ਦੱਸਿਆ ਜਾ ਰਿਹਾ ਲੇਕਿਨ ਹੁਣ ਜਿਹੜਾ ਆਕਸੀਮੀਟਰ ਹੈਗਾ ਉਹ ਕਿੱਟਾਂ ਜਿਹੜੀਆਂ ਹੈਗੀਆਂ ਨੇ ਉਹ ਮੁਫਤ ਦਿੱਤੀਆਂ ਜਾਣਗੀਆਂ ਉਹਦੇ ਵਿੱਚ 15 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸ਼ਾਮਿਲ ਕਰ ਦਿੱਤੀਆਂ ਗਈਆਂ ਪਲਸ ਆਕਸੀਮੀਟਰ ਹੋਏਗਾ ਜਿਹਦੇ ਨਾਲ ਤੁਹਾਡੀ ਉਂਗਲ ਦਾ ਜਿਹੜਾ ਪਲਸ ਰੇਟ ਹੁੰਦਾ ਉਹ ਚੈੱਕ ਕੀਤਾ ਜਾਂਦਾ ਆਕਸੀਜਨ ਲੈਵਲ ਜਿਹੜਾ ਤੁਹਾਡੇ ਬਲੱਡ ਦੇ ਵਿੱਚ ਜਾਂ ਖੂਨ ਦੇ ਵਿੱਚ ਹੁੰਦਾ ਉਸ ਦੇ ਨਾਲ ਚੈੱਕ ਕੀਤਾ ਜਾਂਦਾ ਆਕਸੀਮੀਟਰ ਦੇ ਨਾਲ ਅਤੇ ਆਕਸੀਮੀਟਰ ਦੇ ਪਿੱਛੇ ਖਾਸ ਵਜ੍ਹਾ ਇਹ ਵੀ ਹੈਗੀ ਹੈ ਕਿ ਤੁਹਾਡਾ ਆਕਸੀਜਨ ਦਾ ਲੈਵਲ ਜਿਹੜਾ ਹੈਗਾ ਉਹ ਦੱਸਦਾ ਹੈਗਾ ਕਿ ਕੀ ਤੁਹਾਡਾ ਜਿਹੜਾ ਨੋਰਮਲ ਆਕਸੀਜਨ ਲੈਵਲ ਬੋਡੀ ਦੇ ਵਿੱਚ ਹੋਣਾ ਚਾਹੀਦਾ ਉਹ ਹੈਗਾ ਜਾਂ ਨਹੀਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਆਕਲਨ ਕੀਤਾ ਜਾ ਸਕਦਾ ਜੇ ਆਕਸੀਜਨ ਲੈਵਲ ਤੁਹਾਡੇ ਸਰੀਰ ਦੇ ਵਿੱਚ ਘਟਦਾ ਨਜ਼ਰ ਆਉਂਦਾ ਤਾਂ ਉਸ ਤੋਂ ਬਾਅਦ ਤੁਸੀਂ ਜਾ ਕਰਕੇ ਕਿਸੇ ਜਗ੍ਹਾ 'ਤੇ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਟੈਸਟ ਕਰਵਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਸਕਦਾ ਕਿ ਵਾਕਈ ਤੁਹਾਨੂੰ ਕੋਵਿਡ-19 ਵਰਗੀ ਕੋਈ ਸ਼ਿਕਾਇਤ ਹੈਗੀ ਹੈ ਜਾਂ ਨਹੀਂ ਹੈਗੀ ਹੈ ਇਸ ਕਰਕੇ ਇਸ ਆਕਸੀਮੀਟਰ ਦੀ ਕਿੱਟ ਦੇ ਵਿੱਚ 15 ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ ਜਿਸ ਦੇ ਨਾਲ ਨਾਲ ਖਾਸ ਤੌਰ 'ਤੇ ਡਿਜੀਟਲ ਥਰਮਾਮੀਟਰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈਂਡ ਸੈਨੇਟਾਈਜ਼ਰ ਹੋਏਗਾ ਗਿਲੋਏ ਦੀਆਂ 60 ਗੋਲੀਆਂ ਹੋਣਗੀਆਂ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਵੀ ਪਤਾ ਹੋਵੇ ਗਿਲੋਏ ਜਿਹੜੀ ਹੁੰਦੀ ਹੈ ਤੁਹਾਡਾ ਇਮਿਊਨਿਟੀ ਜਿਹੜਾ ਹੈਗਾ ਬੂਸਟ ਕਰਦੀ ਹੈ ਇਮਿਊਨਿਟੀ ਬੂਸਟਰ ਦੇ ਤੌਰ 'ਤੇ ਵੀ ਇਸ ਨੂੰ ਲਿੱਤਾ ਜਾਂਦਾ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ ਦੇ ਵਿੱਚ ਵੀ ਬਹੁਤ ਲੋਕ ਗਿਲੋਏ ਦਾ ਪ੍ਰਯੋਗ ਕਰਦੇ ਹੈਗੇ ਨੇ ਇਸ ਕਿੱਟ ਦੇ ਵਿੱਚ ਖਾਸ ਤੌਰ 'ਤੇ ਗਿਲੋਏ ਦੀਆਂ ਗੋਲੀਆਂ ਮਿਲਣਗੀਆਂ ਵਿਟਾਮਿਨ ਸੀ ਵਿਟਾਮਿਨ D3 ਜ਼ਿੰਕੋਨੀਆ ਹੋਰ ਇਸ ਤੋਂ ਇਲਾਵਾ ਡੋਲੋ ਦੀਆਂ ਗੋਲੀਆਂ ਹੋਣਗੀਆਂ ਕਫ ਸਿਰਪ ਹੋਏਗਾ ਸਿਟਰਾਜ਼ਿਨ ਦੀਆਂ ਟੈਬਲੇਟਸ ਹੋਣਗੀਆਂ ਸਿਟਰਾਜ਼ਿਨ ਉਹ ਦਵਾਈ ਹੈਗੀ ਹੈ ਜੋ ਐਂਟੀ ਐਲਰਜੀ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਸੋ 15 ਇਹੋ ਜਿਹੀਆਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ 15 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਕਿੱਟ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਅਤੇ ਜਲਦੀ ਹੀ ਇਹ ਜਿਹੜੀ ਆਕਸੀਮੀਟਰ ਦੀ ਕਿੱਟ ਹੈਗੀ ਹੈ ਲੋਕਾਂ ਤੱਕ ਪਹੁੰਚਾਈ ਜਾਏਗੀ
ਇਸ ਤੋਂ ਇਲਾਵਾ ਹੋਰ ਵੀ ਖਾਸ ਚੀਜ਼ਾਂ ਦੇ ਉੱਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਲਾਈਵ ਦੌਰਾਨ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਮੀਡੀਆ ਜਿਹੜਾ ਹੈਗਾ ਹਸਤਕਸ਼ੇਪ ਕਰਦਾ ਹੈ, ਪ੍ਰਾਈਵੇਸੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ ਮੀਡੀਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਸੇ ਨੂੰ ਕੋਵਿਡ-19 ਵਰਗਾ ਪੋਜ਼ਿਟਿਵ ਟੈਸਟ ਆ ਗਿਆ ਜਾਂ ਕੋਵਿਡ-19 ਵਰਗੀ ਬਿਮਾਰੀ ਕਿਸੇ ਦੇ ਘਰ ਦੇ ਵਿੱਚ ਆ ਗਈ ਹੈ, ਤਾਂ ਉੱਥੇ ਮੀਡੀਆ ਜਿਹੜਾ ਹੈਗਾ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਸ ਘਰ ਦੀ ਖਬਰ ਲਗਾਉਣ ਦੀ ਕੋਸ਼ਿਸ਼ ਕਰਦਾ। ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਈਵ ਦੌਰਾਨ ਇਹ ਕਿਹਾ ਹੈ ਕਿ ਜੋ ਘਰਾਂ ਦੇ ਬਾਹਰ ਬੈਨਰ ਲਗਾ ਦਿੱਤੇ ਜਾਂਦੇ ਸੀਗੇ, ਵੱਡੇ ਵੱਡੇ ਅਕਸ਼ਰਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਸੀਗਾ ਕਿ ਇਸ ਘਰ ਨੂੰ ਇਕਾਂਤਵਾਸ ਵਿੱਚ ਕਰ ਦਿੱਤਾ ਗਿਆ, ਕੁਆਰੰਟਾਈਨ ਕਰ ਦਿੱਤਾ ਗਿਆ ਇਸ ਘਰ ਨੂੰ, ਉਹ ਫੈਸਲਾ ਇਸ ਕਰਕੇ ਲਿੱਤਾ ਗਿਆ ਸੀਗਾ ਤਾਂ ਕਿ ਲੋਕ ਜਿਹੜੇ ਹੈਗੇ ਨੇ ਸਮਾਜਿਕ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸਮਾਜ ਲੋਕਾਂ ਦੇ ਕੋਲੋਂ ਸਵਾਲ ਪੁੱਛਦਾ ਸੀਗਾ ਜਾਂ ਸਮਾਜ ਲੋਕਾਂ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਸੀਗਾ ਜਿਨ੍ਹਾਂ ਦੇ ਘਰੋਂ ਕੋਵਿਡ-19 ਦਾ ਪੇਸ਼ੈਂਟ ਜਾਂ ਬਿਮਾਰੀ ਨਿਕਲਦੀ ਸੀਗੀ। ਲੇਕਿਨ ਜਦੋਂ ਹੁਣ ਸਵਾਲ ਕੀਤਾ ਗਿਆ ਲਾਈਵ ਦੌਰਾਨ ਕਿ ਮੀਡੀਆ ਜਿਹੜਾ ਹੈਗਾ ਫਿਰ ਵੀ ਖਬਰਾਂ ਲਗਾ ਰਿਹਾ, ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਇਹ ਕਿਹਾ ਕਿ ਮੀਡੀਆ ਨੂੰ ਲਿਖਣ ਤੋਂ ਨਹੀਂ ਰੋਕਿਆ ਜਾ ਸਕਦਾ, ਲੇਕਿਨ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੰਦਿਆਂ ਮਸ਼ਵਰਾ ਦਿੰਦਿਆਂ ਇਹ ਕਿਹਾ ਕਿ ਮੀਡੀਆ ਨੂੰ ਵੀ ਥੋੜ੍ਹੀਆਂ ਜਿਹੀਆਂ ਬਾਉਂਡਰੀਜ਼ ਖਿੱਚਣ ਦੀ ਜ਼ਰੂਰਤ ਹੈਗੀ ਹੈ, ਮੀਡੀਆ ਜਿਹੜਾ ਹੈਗਾ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਨਾ ਦਖਲ ਦੇਵੇ ਤਾਂ ਖਾਸ ਤੌਰ 'ਤੇ ਵਧੀਆ ਰਹੇਗਾ। ਨੀਟ NEET ਦਾ ਜਿਹੜਾ ਨੀਟ ਦਾ ਇਮਤਿਹਾਨ ਹੈਗਾ ਉਹ ਐਤਵਾਰ ਨੂੰ 13 ਸਪਤੰਬਰ ਨੂੰ ਹੋਣ ਜਾ ਰਿਹਾ ਹੈਗਾ। ਇਸ ਤੌਰ ਨੂੰ ਲੈ ਇਸ ਚੀਜ਼ ਨੂੰ ਲੈ ਕਰਕੇ ਸਵਾਲ ਕੀਤਾ ਗਿਆ ਸੀਗਾ ਕਿ ਫਿਰ ਕਿਸ ਤਰ੍ਹਾਂ ਜਿਹੜੇ ਬੱਚੇ ਹੈਗੇ ਨੇ ਉਹ ਜਾ ਕਰਕੇ ਨੀਟ ਦਾ ਇਮਤਿਹਾਨ ਦੇਣਗੇ ਜਦਕਿ ਪੂਰੇ ਐਤਵਾਰ ਦੇ ਦਿਨ ਕਰਫਿਊ ਰਹੇਗਾ ਅਤੇ ਟਰਾਂਸਪੋਰਟਾਂ ਜਿਹੜੀਆਂ ਹੋਣਗੀਆਂ ਉਹ ਬੰਦ ਰਹਿਣਗੀਆਂ। ਇਸ ਤੌਰ 'ਤੇ ਇਸ ਚੀਜ਼ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਇਹ ਕਿਹਾ ਕਿ ਐਤਵਾਰ ਦੇ ਦਿਨ 13 ਸਪਤੰਬਰ ਨੂੰ ਟਰਾਂਸਪੋਰਟ ਦੇ ਲਈ ਕਰਫਿਊ ਨਹੀਂ ਹੋਏਗਾ, ਟਰਾਂਸਪੋਰਟ ਹੋਏਗੀ ਜਿਹੜੀ ਉਹ ਚੱਲੇਗੀ, ਲੇਕਿਨ ਜ਼ਰੂਰੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਸ ਦਿਨ ਜਿਵੇਂ ਕਿ ਟਰਾਂਸਪੋਰਟ ਤੋਂ ਇਲਾਵਾ ਜੇ ਦੇਖਿਆ ਜਾਵੇ ਉਹ ਚੀਜ਼ਾਂ ਜਿਹੜੀਆਂ ਹੋਣਗੀਆਂ ਉਹ ਦੁਕਾਨਾਂ ਜਿਹੜੀਆਂ ਹੋਣਗੀਆਂ ਉਹ ਬੰਦ ਰਹਿਣਗੀਆਂ, ਲੇਕਿਨ ਜਿਹੜੀ ਟਰਾਂਸਪੋਰਟ ਹੋਏਗੀ ਉਹ ਚੱਲੇਗੀ ਤਾਂ ਕਿ ਜਿਹੜੇ ਬੱਚੇ ਨੀਟ ਦਾ ਇਮਤਿਹਾਨ ਦੇਣ ਦੇ ਲਈ ਜਾ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਦਿੱਕਤਾਂ ਪਰੇਸ਼ਾਨੀਆਂ ਨਾ ਆਉਣ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਇੱਕ ਬੱਚੇ ਦਾ ਜ਼ਿਕਰ ਕੀਤਾ, ਅੰਮ੍ਰਿਤਸਰ ਦੇ ਵਿੱਚ ਇੱਕ ਬੱਚਾ ਹੈ ਜੋ ਗੋਲ ਗੱਪੇ ਵੇਚਦਾ ਪਿਆ ਸੀਗਾ ਅਤੇ ਉਸਨੂੰ ਜਦੋਂ ਕਿਸੇ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬੱਚੇ ਨੇ ਇਨਕਾਰ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਉਸ ਬੱਚੇ ਦੀ ਸਰਾਹਨਾ ਕੀਤੀ, ਬੱਚੇ ਨੂੰ ਮੁਬਾਰਕਬਾਦ ਦਿੱਤੀ ਕਿ ਪੰਜਾਬੀਆਂ ਦਾ ਜਿਹੜਾ ਇੱਕ ਨੇਚਰ ਹੁੰਦਾ, ਪੰਜਾਬੀਆਂ ਦੇ ਅੰਦਰ ਜਿਹੜਾ ਇਸ ਤਰ੍ਹਾਂ ਦੇ ਜਜ਼ਬਾਤ ਹੁੰਦੇ ਨੇ ਕਿ ਮਿਹਨਤ ਦੀ ਕਮਾਈ ਕਰਕੇ ਰੋਟੀ ਖਾਵਾਂਗੇ, ਕੋਈ ਸਾਨੂੰ ਕੋਈ ਉਂਝ ਪੈਸੇ ਦੇਗਾ ਨਹੀਂ ਲਵਾਂਗੇ, ਅਤੇ ਉਸ ਚੀਜ਼ ਨੂੰ ਤਾਰੀਫ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਤੌਰ 'ਤੇ ਉਸ ਬੱਚੇ ਦੀ ਸਰਾਹਨਾ ਕੀਤੀ, ਤਾਰੀਫ ਕੀਤੀ, ਮੁਬਾਰਕਾਂ ਦਿੱਤੀਆਂ ਉਸ ਬੱਚੇ ਨੂੰ, ਅਤੇ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਬੱਚੇ ਦੇ ਨਾਮ FD ਕਰਾਉਣ ਦੀ ਜਿਹੜੀ ਹੈਗੀ ਹੈ ਉਹ ਡਿਪਟੀ ਕਮਿਸ਼ਨਰ ਨੂੰ ਅੰਮ੍ਰਿਤਸਰ ਦੇ ਨੂੰ ਉਹਨਾਂ ਨੂੰ ਫੈਸਲਾ ਦੇ ਦਿੱਤਾ ਜਾਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਬੱਚੇ ਦੇ ਨਾਮ 'ਤੇ 5 ਲੱਖ ਦੀ FD ਕਰ ਦੇਵੋ ਅਤੇ ਜੋ ਉਸ ਤੋਂ ਵਿਆਜ ਆਏਗਾ ਉਸ ਦੇ ਨਾਲ ਨਾਲ ਬੱਚਾ ਜਿਹੜਾ ਹੈਗਾ ਆਪਣੀ ਪੜ੍ਹਾਈ ਮੁਕੰਮਲ ਕਰ ਸਕੇਗਾ ਜਾਂ ਬੱਚਾ ਜਿਹੜਾ ਹੈਗਾ ਪੜ੍ਹ ਸਕੇਗਾ। ਇਹ ਬੱਚਾ ਜਿਹੜਾ ਸੀਗਾ ਗੋਲ ਗੱਪੇ ਵੇਚਦਾ ਪਿਆ ਸੀਗਾ, ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਸੋਸ਼ਲ ਮੀਡੀਆ 'ਤੇ ਜਦੋਂ ਵਾਇਰਲ ਹੋਈ ਤਾਂ ਇਸ ਬੱਚੇ ਨੂੰ ਬਹੁਤ ਸਾਰੇ ਲੋਕਾਂ ਨੇ ਪਿਆਰ ਵੀ ਦਿੱਤਾ, ਇਸ ਬੱਚੇ ਦੀ ਜਿਹੜੀ ਇੱਜ਼ਤ ਸੀਗੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਵੱਧ ਗਈ ਅਤੇ ਲੋਕਾਂ ਨੇ ਇਸ ਦੇ ਹੌਸਲੇ ਦੀ ਤਾਰੀਫ ਵੀ ਕੀਤੀ। ਸੋ ਅੱਜ ਦੀ ਅਪਡੇਟਸ ਦੇ ਵਿੱਚ ਖਾਸ ਤੌਰ 'ਤੇ ਜੋ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਤੌਰ 'ਤੇ ਜੋ ਇੱਕ ਸੰਦੇਸ਼ ਲੋਕਾਂ ਤੱਕ ਪਹੁੰਚਿਆ ਉਹ ਇਹ ਸੀਗਾ ਕਿ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲਾਓ, ਕੋਈ ਵੀ ਖਬਰ ਜੇ ਤੁਹਾਡੇ ਤੱਕ ਪਹੁੰਚਦੀ ਹੈਗੀ ਹੈ ਤਾਂ ਉਸਨੂੰ ਵੈਰੀਫਾਈ ਜ਼ਰੂਰ ਕਰੋ, ਕਿਉਂਕਿ ਜ਼ਮਾਨਾ ਫੇਕ ਨਿਊਜ਼ ਦਾ ਹੈਗਾ ਅਤੇ ਜਿਹੜੇ ਸ਼ਿਕਾਰੀ ਸੋਸ਼ਲ ਮੀਡੀਆ 'ਤੇ ਬੈਠੇ ਹੁੰਦੇ ਨੇ ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਂਦੇ ਰਹੋ ਅਤੇ ਸਰਕਾਰਾਂ ਨੂੰ ਕਟਹਿਰੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿਆ ਕੇ ਖੜਾ ਕੀਤਾ ਜਾਵੇ, ਲੇਕਿਨ ਅਫਵਾਹਾਂ ਦੇ ਨਾਲ ਸਰਕਾਰਾਂ ਨੂੰ ਨਹੀਂ ਖੜਾ ਕੀਤਾ ਜਾ ਸਕਦਾ। ਗੱਲ ਹਮੇਸ਼ਾ ਫੈਕਟਸ ਦੇ ਨਾਲ, ਤੱਥ ਦੇ ਨਾਲ ਕੀਤੀ ਜਾਏਗੀ ਅਤੇ ਸਰਕਾਰਾਂ ਕੋਲੋਂ ਜਵਾਬ ਮੰਗੇ ਜਾ ਸਕਦੇ ਨੇ। 122 ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਸੀਗੇ ਉਹ ਬਲੌਕ ਕਰ ਦਿੱਤੇ ਗਏ ਨੇ, 292 ਇਹੋ ਜਿਹੇ ਮਾਮਲੇ ਜਿਹੜੇ ਹੈਗੇ ਨੇ ਉਹਨਾਂ 'ਤੇ ਕਾਰਵਾਈ ਕੀਤੀ ਜਾਏਗੀ ਜੋ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਂਦੇ ਪਏ ਸੀਗੇ। ਮਾਸਕ ਪਾਉਣ ਦੇ ਲਈ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਅਤੇ ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਜੋ ਲੋਕ ਫੰਕਸ਼ਨਸ ਨੂੰ ਲੈ ਕੇ ਜੋ ਸਵਾਲ ਕੀਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਦੋ ਥਾਵਾਂ ਹੈਗੀਆਂ ਨੇ ਜਾਂ ਦੋ ਫੰਕਸ਼ਨਸ ਇਹੋ ਜਿਹੇ ਹੈਗੇ ਨੇ
ਇੱਕ ਤਾਂ ਜਿਹੜਾ ਵਿਆਹ ਹੋਏਗਾ ਉਹਦੇ ਵਿੱਚ ਤੁਸੀਂ ਗੈਦਰਿੰਗ ਕਰ ਸਕਦੇ ਹੋ ਜਾਂ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਤਾਂ ਸੰਸਕਾਰ ਤੇ ਤੁਸੀਂ ਜਾ ਸਕਦੇ ਹੋ। ਇਸ ਤੋਂ ਇਲਾਵਾ ਫੰਕਸ਼ਨਸ ਨੂੰ ਅਵੋਇਡ ਹੀ ਕਰੋ। ਇਹ ਦੋ ਥਾਵਾਂ ਇਹੋ ਜਿਹੀਆਂ ਹੈਗੀਆਂ ਨੇ ਜਿੱਥੇ ਤੁਸੀਂ ਜਾ ਸਕਦੇ ਹੋ, ਲੇਕਿਨ ਫੰਕਸ਼ਨਸ ਤੇ ਜਾਣ ਦੇ ਉੱਤੇ ਬਿਮਾਰੀ ਫੈਲਦੀ ਹੈ, ਬਿਮਾਰੀ ਫੈਲਣ ਦੇ ਨਾਲ ਨੁਕਸਾਨ ਹੁੰਦਾ। ਸੋ ਅੱਜ ਦੀ ਅਪਡੇਟਸ ਸੀਗੀਆਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਲਾਈਵ ਦੌਰਾਨ ਸਵਾਲ ਕੀਤੇ ਗਏ ਸੀ, ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤੇ। ਹੋਰ ਵੀ ਵਧੇਰੀ ਜਾਣਕਾਰੀ ਦੇ ਨਾਲ, ਹੋਰ ਵੀ ਵੱਡੀਆਂ ਅਪਡੇਟਸ ਦੇ ਨਾਲ ਤੁਹਾਡੇ ਨਾਲ ਦੁਬਾਰਾ ਮੁਖਾਤਬ ਹੋਵਾਂਗੇ, ਪਰ ਫਿਲਹਾਲ ਮੈਨੂੰ ਦਵੋ ਇਜਾਜ਼ਤ। ਰੱਬ ਤੁਹਾਡੀ ਖੈਰ ਕਰੇ।